ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਬਹੁਤ ਸਤਿ ਸ਼੍ਰੀ ਅਕਾਲ ਅੰਕਲ ਜੀ। ਅੱਜ ਇਕੱਲੇ ਸੈਰ ਕਰਦੇ ਪਏ ਹੋ? ਅੱਗੇ ਤੁਸੀਂ ਫੈਮਿਲੀ ਲੈ ਕੇ ਆਉਂਦੇ ਸੀ, ਹੁਣ ਤੁਸੀਂ ਫੈਮਿਲੀ ਲੈ ਕੇ ਆਉਂਦੇ? ਉਹ ਪੁੱਤਰ, ਤੈਨੂੰ ਪਤਾ ਹੈ ਜਦੋਂ ਜੋਸ਼ੀ ਸਾਹਿਬ MLA ਮੰਤਰੀ ਸਨ ਤਾਂ ਇੱਥੇ ਮਿਊਜ਼ੀਕਲ ਫੁਹਾਰਾ ਫਾਊਂਟੇਨ ਚੱਲਦਾ ਸੀ, ਬੱਚੇ ਬੜਾ ਇੰਜੋਏ ਕਰਦੇ ਸੀ। ਉਹ ਸੰਗੀਤ ਦਾ ਕਿੰਨਾ ਆਨੰਦ ਆਉਂਦਾ ਸੀ, ਬੱਚੇ ਵੀ ਇੰਜੋਏ ਕਰਦੇ ਸੀ, ਸਾਰੀ ਫੈਮਿਲੀ ਖੁਸ਼ ਹੁੰਦੀ ਸੀ। ਹੁਣ ਫਾਊਂਟੇਨ ਬੰਦ ਹੈ, ਬੱਚੇ ਕਹਿੰਦੇ ਅਸੀਂ ਜਾਣਾ ਨਹੀਂ। ਵਾਕਈ ਅੰਕਲ ਜੀ, ਅਨਿਲ ਜੋਸ਼ੀ ਜੀ ਨੇ ਮਿਊਜ਼ੀਕਲ ਫਾਊਂਟੇਨ ਚਲਾ ਕੇ ਬਹੁਤ ਹੀ ਵਧੀਆ ਕੰਮ ਕੀਤਾ ਹੈ। ਹੁਣ ਅੰਮ੍ਰਿਤਸਰ ਦੇ ਉੱਤਰੀ ਹਲਕੇ ਦੇ ਵੋਟ ਦੇ ਹੱਕਦਾਰ ਵੀ ਉਹੀ ਨੇ। ਤਾਂ ਹੀ ਪੁੱਤਰ ਜੀ, ਅਨਿਲ ਜੋਸ਼ੀ ਜੀ ਨੂੰ ਅੰਮ੍ਰਿਤਸਰ ਉੱਤਰੀ ਹਲਕਾ ਹੀ ਨਹੀਂ, ਪੂਰੇ ਅੰਮ੍ਰਿਤਸਰ ਦਾ ਵਿਕਾਸ ਪੁਰਸ਼ ਕਹਿੰਦੇ ਨੇ। ਬਹੁਤ ਵਿਕਾਸ ਕੀਤਾ ਅਤੇ ਇਸ ਹਿਸਾਬ ਨਾਲ ਜਿਹੜਾ ਵੋਟ ਦਾ ਹੱਕ ਅੰਮ੍ਰਿਤਸਰ ਉੱਤਰੀ ਹਲਕੇ ਤੋਂ ਅਨਿਲ ਜੋਸ਼ੀ ਦਾ ਹੀ ਹੈ। ਤਾਂ ਹੁਣ ਮੇਰਾ ਇਹ ਪੱਕਾ ਇਰਾਦਾ ਹੈ ਕਿ ਜਿਨ੍ਹਾਂ ਨੇ ਵਿਕਾਸ ਕੰਮ ਕੀਤੇ ਨੇ ਉਹ ਵਿਕਾਸ ਪੁਰਸ਼ ਨੇ, ਜੇ ਅੱਗੇ ਵੀ ਅੰਮ੍ਰਿਤਸਰ ਉੱਤਰੀ ਹਲਕੇ ਅਤੇ ਅੰਮ੍ਰਿਤਸਰ ਦਾ ਵਿਕਾਸ ਕਰਾਉਣਾ ਹੈ ਤਾਂ ਆਪਾਂ ਸਾਰੇ ਅਨਿਲ ਜੋਸ਼ੀ ਜੀ ਨੂੰ ਉੱਤਰੀ ਹਲਕੇ ਤੋਂ ਵੋਟ ਪਾ ਕੇ ਭਾਰੀ ਬਹੁਮਤ ਨਾਲ ਜਿਤਾਈਏ। ਬੇਟਾ ਜੀ, ਅਨਿਲ ਜੋਸ਼ੀ ਜੀ ਦਾ ਕਹਿਣਾ ਹੈ ਜੋ ਕਿਹਾ ਉਹ ਕੀਤਾ, ਜੋ ਕਹਾਂਗੇ ਉਹ ਕਰਾਂਗੇ।